ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ نو ਤੁਸੀਂ ਸਾਰਿਆਂ ਨੇ ਗਾਲਾਂ ਕੱਢਣੀਆਂ ਕਿ ਨਾ ਭਾਈ 2 ਕੁ ਮਹੀਨੇ ਬਾਅਦ ਇੱਕ ਵੀਡੀਓ ਪਾ ਕੇ ਫੇਰ ਗਿਆ ਫੋ ਜਾਂਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਲਾਈਫ 'ਚ ਥੋੜੀ ਜਿਹੀ ਪਰਸਨਲ ਇਸ਼ੂ ਜੇ ਚੱਲਦੇ ਆ ਸੋ ਸੋਲਵ ਹੋ ਰਿਹਾ ਨਾਲੋਂ ਨਾਲ ਜਦੋਂ ਵੀ ਟਾਈਮ ਮਿਲਦਾ ਮੈਂ ਵੀਡੀਓ ਬਣਾ ਦਿੰਦਾ ਆ ਸੋ ਅੱਗੇ ਵੀਡੀਓਜ਼ ਕੰਟੀਨਿਊ ਆਉਂਦੀਆਂ ਰਹਿਣਗੀਆਂ ਸ਼ਾਇਦ ਮੈਂ ਪੱਕਾ ਨਹੀਂ ਕਹਿ ਰਿਹਾ ਫਿਰ ਵੀ ਸ਼ਾਇਦ ਕਹਿ ਰਿਹਾ ਪਰ ਕੋਸ਼ਿਸ਼ ਇਹ ਹੀ ਆ ਕਿ ਮੈਂ ਮੰਥ ਦੇ ਵਿੱਚ 2 ਜਾਂ 3 ਵੀਡੀਓਜ਼ ਤਾਂ ਜ਼ਰੂਰ ਅਪਲੋਡ ਕਰਾਂ ਸੋ ਜਿੰਨੇ ਨਹੀਂ ਚੈਨਲ ਸਬਸ ਮਟਕ ਮਟਕ ਮੇਰੀ ਚੱਲਦੀ ਏ ਨਾਰ ਤੇਰੀ ਗੱਲ ਨਹੀਂ ਕਿੱਥੇ ਜਿੱਥੇ ਗੰਦਲ ਦੀ ਗੱਲ ਕਰੀਏ ਉੱਥੇ ਚਿਤੜ ਲੈ ਕੇ ਪਹੁੰਚ ਜਾਂਦੀ ਆ ਉਹ ਤੇਤ ਤੋਂ ਵੀ ਵੱਡੇ ਵੱਡੇ ਗੰਦ ਹੈਗੇ ਆ ਪੰਜਾਬ ਦੇ ਵਿੱਚ ਨਿਕਲ ਇਥੋਂ ਉਹ ਤੇ ਉਡਾ ਦੇਂਗੇ ਤੋਤੇ ਸਿੰਘ ਫਸਾ ਕੇ ਦੇਖੋ ਆ ਕੰਮ ਨਚਾਰਾ ਵਾਲੇ ਤੇ ਸਟੇਟਸ ਆਣ ਖਾਣੇ ਵਾਓ ਚਿਤੜ ਦਿਖਾਉ ਮਹਿਕਮਾ ਨਹੀਂ ਨਸ਼ੇ ਤਾਂ ਨਹੀਂ ਕਰਦੇ ਨਸ਼ਕ ਚ ਬੜਾ ਲੈ ਇਹ ਆਂਟੀ ਨੂੰ ਕਦੀ ਤੁਸੀਂ ਬਿਨਾ ਫਿਲਟਰ ਤੋਂ ਦੇਖਿਓ ਕਿੱਲੋ ਕਿੱਲੋ ਤਾਂ ਗੇਦ ਫਸੀ ਆਉਂਦੀ ਆ ਗੱਲਾਂ ਕਰਦੀ ਅੱਖਾਂ ਦੇ ਨਿਸ਼ੇ ਦੀਆਂ ਐਡੀ ਤੋਂ ਇੰਜ ਨੀਲਾ ਜੋਲੀ ਜਿਹੜੇ ਬੰਦੇ ਨੇ ਧੋਖਾ ਕੀਤਾ ਉਹਨੂੰ ਫਰਕ ਨਹੀਂ ਪੈਂਦਾ ਤੋਬਾ ਤੋਬਾ ਪੋਡਕਾਸਟਰ ਜੀ ਆ ਕੇ ਧੋਖੇ ਦੀਆਂ ਗੱਲਾਂ ਵੀ ਉਹ ਕਰ ਦਿੰਨੇ ਜਿਨ੍ਹਾਂ ਨੇ ਅੱਧਾ ਮਹਾਲੀ ਗਾ ਦਿੱਤਾ ਇਫ ਯੂ نو ਯੂ نو ਸੋ ਬਹੁਤ ਟਾਈਮ ਨਾ ਖਰਾਬ ਕਰਦੇ ਆ ਵੀਡੀਓ ਕਰਦੇ ਆ ਸਟਾਰਟ ਇਹ ਤਾਂ ਬਸ ਇੰਟਰੋ ਹੀ ਸੀ ਹੂੰ ਮੇਰੀ ਇੱਕ ਚੀਜ਼ ਤਾਂ ਰਹਿ ਗਈ ਕਰਦੇ ਆ ਵੀਡੀਓ ਸਟਾਰਟ ਚੰਗਾ ਚੰਗਾ ਪਰਨੇ ਨੂੰ ਆਇਆ ਨਹੀਂ ਮੈਂ ਡੱਕ ਤੇ ਲੰਡੂਆਂ ਨੂੰ ਪਾਰਨੇ ਨਹੀਂ ਹੋਇਆ ਮੈਂ ਡਜ਼ਾਈਨ ਵੀਡੀਓ ਜੱਗ ਬੰਦ ਤੋਂ ਪਹਿਲਾਂ ਮੈਂ ਤੁਹਾਨੂੰ ਸਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਪਤਾ ਹੈ ਕਿ ਕਿਹੜੀ ਕੰਪਨੀ 2007 ਤੋਂ ਇੰਡੀਆ 'ਚ ਕੰਮ ਕਰ ਰਹੀ ਹੈ ਤੇ ਕਿਹੜੀ ਕੰਪਨੀ ਕੋਲ 4 ਲੱਖ ਤੋਂ ਵੱਧ ਐਕਟਿਵ ਯੂਜ਼ਰ ਆਈ نو ਤੁਹਾਨੂੰ ਨਹੀਂ ਪਤਾ ਹੋਣਾ ਆ ਉਹ ਆ 1xbet 1x ਇੰਡੀਆ ਦੀ ਫਰਸਟ ਕੰਪਨੀ ਹੈ ਜਿਹੜੀ ਸਟਾਰਟ ਹੋਈ ਆ ਆਨਲਾਈਨ ਬੈਟਿੰਗ ਦੇ ਲਈ ਐਸ ਆਈ ਪੀ ਐਲ 1xbet ਤੋਂ ਬਹੁਤ ਵੱਡਾ ਗਿਵ ਅਵੇ ਦੇ ਰਿਹਾ ਆ ਜਿਹਦੇ ਵਿੱਚ ਤੁਹਾਨੂੰ ਮਿਲ ਰਹੀਆਂ ਤਿੰਨ ਕਾਰਸ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ टीवी एप्पल वॉच एप्पल जे फोन्स ਤੇ ਹੋਰ ਵੀ ਬਹੁਤ ਕੁਝ ਤੇ অলਸੋ 1xbet ਵਾਲਿਆਂ ਨੇ ਵੈਲਕਮ ਬੋਨਸ ਵੀ ਬਤਾ ਦਿੱਤਾ ਹੈ ਜੇ ਤੁਸੀਂ ਸਪੈਸ਼ਲ ਕੋਡ ਮੇਰਾ ਯੂਜ਼ ਕਰੋਗੇ ਤਾਂ ਤੁਹਾਨੂੰ ਅਪ ਟੂ 43000 ਤੱਕ ਦਾ ਬੋਨਸ ਮਿਲੇਗਾ ਤੇ ਚੂਸ ਕਰੋ 1xbet ਹੋਣੇ ਤੇ ਡਰਾਈਵ ਕਰੋ ਆਪਣੀ ਫੇਵਰਟ ਕਾਰ ਤੇ 1xbet ਬਹੁਤ ਹੀ ਈਜ਼ੀ ਪਲੇਟਫਾਰਮ ਆ ਯੂਜ਼ ਕਰ ਲੈ ਤੇ ਹਾਂ ਜੇ ਡਾਡਾ ਲਾਸ ਹੋ ਜਾਊਗਾ ਨਾ ਪਹਿਲਾ ਲਾਸ ਤੁਹਾਨੂੰ ਸਾਰਾ ਰਿਫੰਡ ਵੀ ਮਿਲੇਗਾ ਤੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ ਤਾਂ ਤੁਹਾਨੂੰ 24/7 ਕਸਟਮਰ ਸਰਵਿਸ ਵੀ ਮਿਲੇਗੀ ਇਹਨਾਂ ਦੀ ਤੇ ਹਾਂ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਫਨ ਗੇਮਸ ਤੇ 1x ਬਟਨ ਬਹੁਤ ਸਾਰੀਆਂ ਆਫਰ ਕਰਦਾ ਹੈ ਫਨ ਗੇਮਸ ਤੇ ਹਾਂ ਇਹ ਵੈਲਕਮ ਕਿਸੇ ਨੂੰ ਪੈਕੇਜ 1,30,000 ਤੱਕ ਦਾ ਬੋਨਸ ਪਲੱਸ 150 ਸਪਿੰਸ ਜੇ ਤੁਸੀਂ ਮੇਰਾ ਪ੍ਰੋਮੋ ਕੋਡ ਯੂਜ਼ ਕਰਦੇ ਤੇ ਇਹ ਬਣ ਜਾਊਗਾ ਤੁਹਾਡੇ 1,69,000 ਤੇ 150 ਸਪਿੰਸ ਡਿਪੋਜ਼ਿਟ ਕਰਨ ਤੋਂ ਬਾਅਦ ਤੁਹਾਨੂੰ ਸਾਰਾ ਦਾ ਸਾਰਾ ਬੋਨਸ ਮਿਲ ਜਾਊਗਾ ਤੇ ਡਿਪੋਜ਼ਿਟ ਕਰੋ 200 ਰੁਪਏ ਤੇ ਸਾਰਾ ਬੋਨਸ ਪ੍ਰਾਪਤ ਕਰੋ ਤੁਸੀਂ ਵੀ ਜਲਦੀ ਜਾਓ ਲਿੰਕ ਕਮੈਂਟ ਦੇ ਵਿੱਚ ਪਿੰਨ ਕੀਤਾ ਹੋਇਆ ਹੈ ਤੇ ਹਾਂ ਮੇਰਾ ਪ੍ਰੋਮੋ ਕੋਡ ਯੂਜ਼ ਕਰਨਾ ਨਾ ਭੁੱਲਿਓ ਵੱਧਦੇ ਆ ਵੀਡੀਓ ਦੇ ਅ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੰਜਾਬ ਦੇ ਬਹੁਤ ਵੱਡੇ ਗੰਦ ਦੀ ਜਿਹਨੇ ਨਾਮਾ ਬੋਇਫ੍ਰੈਂਡ ਬਣਾ ਲਿਆ ਹੁਣ ਆ ਕਰੋ ਚੈੱਕ ਜਿਹੜਾ ਸਾਡੇ ਵਿੱਚ ਕੋਈ ਆਇਆ ਮੈਂ ਉਹ ਪੜ ਦੂੰਗਾ ਆ ਬਾਈ ਬੰਦੇ ਬਾਅਦ ਚ ਬੱਡੀ ਪਹਿਲਾਂ ਐ ਕਰ ਗਾਲ ਤੇ ਇੱਥੇ ਕੱਟ ਪਾ ਇੱਥੇ ਤੇਰੀ ਰੇਸ਼ਾ ਆੜੀ ਹੋਈ ਆ ਉਹ ਥੱਲੇ ਨੂੰ ਜਾਵੇ ਸਾਲਾ ਬੰਦੇ ਵੱਢਣੇ ਨੇ ਜਦੋਂ ਆਪਾਂ ਸਿਨੇਮਾ ਜਾਂ ਫਿਲਮ ਦੀ ਇੱਕੋ ਜਿਹੀ ਬਾਰਡਿੰਗ ਮੈਂ ਉਹਦੇ ਸੋਚ ਲਿਆ ਸੀਗਾ ਵੀ ਇਹ ਕੁੜੀ ਮੇਰੇ ਟਾਈਪ ਦੀ ਆ ਆ ਦੇਖੀ ਕਿ ਤੇ ਸਿੱਟਾ ਕੋਰਨਰ ਤਾਂ ਨਹੀਂ ਸੀ ਬੰਦਾ ਮੋੜ-ਮੋੜ ਦੇ ਵਿੱਚ ਕਹਿ ਵੀ ਦਿੰਦਾ ਹੁੰਦਾ ਕਿ ਤੂੰ ਮੇਰੇ ਟਾਈਪ ਦੀ ਆ ਪਰ ਸੋਚ ਲਾ ਹਜੇ ਵੀ ਕਰੀ ਮੈਂ ਆਸਟ੍ਰੇਲੀਆ ਸੜੀ ਜਾਣਾ ਤੈਨੂੰ ਇਸ ਮਹੀਨੇ ਦੇ ਅੰਦਰ ਅੰਦਰ ਤੈਨੂੰ ਆਸਟ੍ਰੇਲੀਆ ਲੈ ਕੇ ਹੀ ਜਾਵਾਂ ਆਪ ਵੀਡੀਓ ਮਹੀਨੇ ਪੁਰਾਣੀਆਂ ਹਜੇ ਤੱਕ ਤਾਂ ਗਈ ਨਹੀਂ ਹਜੇ ਤੱਕ ਤਾਂ ਇੱਥੇ ਨੀਲਾ ਤੇ ਨੰਗੀ ਹੁੰਦੀ ਫਿਰਦੀ ਐ ਇਹ ਆ ਥੋੜੀ ਜਿਹੀ ਵੀ ਚੈੱਕ ਕਰ ਲੋ ਤੁਸੀਂ ਇਤਨੀ ਕਮਜ਼ੋਰ ਕਿਉਂ ਬਨੋ ਨਹੀਂ ਤੋ ਆਪ ਦੁੱਖ ਸੋ ਆਇਆ ਗੁੱਡੀ ਦਾ ਪੇਸ਼ਾ ਇਹਨੇ ਬਸ ਨੰਗੇ ਹੋਣਾ ਪੈਸੇ ਬਣਾਉਣੇ ਆ ਠਰਕੀ ਕੁਸ਼ ਕਰਨੇ ਆ ਫੋਲੋਅਰ ਇਕੱਠੇ ਕਰਨੇ ਆ ਦੈਟਸ ਇਟ ਇਹੀ ਇਹਦਾ ਪੇਸ਼ਾ ਆ ਤਾਂ ਕਹਿੰਦੇ ਆਹ ਬੰਦਾ ਆਸਟ੍ਰੇਲੀਆ ਤੋਂ ਆਇਆ ਤੇ ਤੈਨੂੰ ਸੜਾ ਇਹੀ ਮਿਲੀ ਸੀ ਇਹ ਜਿਹੇ ਬੰਦੇ ਤਰਸੇ ਆਉਂਦੇ ਸਾਰੀ ਜ਼ਿੰਦਗੀ ਕੋਈ ਕੁੜੀ ਨਹੀਂ ਸੈੱਟ ਹੋਈ ਆਉਂਦੀ ਤੇ ਫਿਰ ਜਿਹੜਾ ਗੰਦਾ ਹੀ ਆਉਂਦਾ ਫਿਰ ਕਹਿੰਦੇ ਇਹੀ ਆਉਣ ਦੋ ਕੋਈ ਤਾਂ ਆ ਰਹੀ ਆ oh my god will you marry me ਅਖ ਲੋ ਜਾ ਖਲੋ ਜਾ ਬਾਈ ਜੇ ਕਿ ਤੈਨੇ ਹਾਂ ਕਰ ਦਿੱਤੀ ਨਾ ਵਿਆਹ ਹੀ ਤੇ ਨਾ ਜਾਣੀ ਆ ਤੇ ਖੁਸ਼ ਸਾਰਾ ਮੱਲਾ ਹੋਣਾ ਆ ਇਫ ਯੂ نو ਯੂ نو ਦੱਸ ਯੈਸ ਓਕੇ ਆਈ ਲਵ ਯੂ ਹਲੋ ਜੀ ਜੈਸ ਹੋ ਗਈ ਹੁਣ ਮੁਹੱਲਾ ਖੁਸ਼ ਲੋ ਦੋਸਤੋਂ ਸਾਡਾ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਜਿਹਨੂੰ ਕਹਿੰਦੇ ਆ ਤੇ ਦੋ ਸਾਲਾਂ ਤੋਂ ਆਪਣਾ ਚੱਲਦਾ ਆ ਰਿਹਾ ਹਾਂ ਆ ਕਿਹੜਾ ਰਿਲੇਸ਼ਨ ਹੈ ਸਾਡਾ ਜਿਹੜਾ ਦੋ ਸਾਲਾਂ ਤੋਂ ਪਹਿਲਾਂ ਪ੍ਰੋਡੂਸਰ ਨੂੰ ਕਹੀ ਜਾਂਦੀ ਸੀ ਕਿ ਮੇਰੇ ਕੋਲ ਆ ਜਾ ਮੇਰੀ ਅੱਗ ਬੁਝਾ ਜਾ ਹੈ ਆਪਣੀ ਵੀਡੀਓ 'ਚ ਇਹੇ ਚ ਸ਼ਬਦ ਬੋਲਦੀ ਸੀ ਇਹੇ ਤੇ ਸੜਾ ਰਿਲੇਸ਼ਨ ਚ ਇਹਨਾ ਸੀ ਤੇ ਮੇਰਾ ਹਾਲ ਨਹੀਂ ਪੁੱਛੋਂਗੇ ਮੈਂ ਨਾ ਕਮਿਟਿਡ ਹੋਣਾ ਤੇ ਸ਼ਰਤ ਦਾ ਮੁੰਡਾ ਪ੍ਰੋਡਿਊਸਰ ਵਰਗਾ ਹੋਵੇ ਕਿਉਂਕਿ ਮੈਂ ਤੁਹਾਨੂੰ ਦੱਸਾਂ ਮੈਨੂੰ ਕੱਠੀ ਪੜ ਬੰਦੇ ਹੀ ਪਸੰਦ ਆ ਇਹ ਹੋ ਜਾ ਕੋਈ ਨਹੀਂ ਹੋਇਆ ਇਹ ਹੋ ਜਾ ਮੈਂ ਬਸ ਕਰਾਂਗੀ ਪ੍ਰੋਡਿਊਸਰ ਨਾਲ ਬਕਵਾਸ ਬੰਦ ਕਰ ਕੁੱਤਿਆ ਹਰਾਮ ਦੇ ਆ ਖਨਜ਼ੀਰਾ ਲਾਂਤੀਆ ਦੱਲਿਆ ਬਗੈਰਤਾ ਜਾਨਮਨ ਹਰਾਮ ਦੇ ਆ ਪਿਓਰ ਹਰਾਮ ਦੇ ਆ origignal ਹਰਾਮ ਦੇ ਆ ਹੋਵੇ ਜਾਂ ਦਿਨ ਦਾ ਹੋਵੇ ਕਦੀ ਇੱਕ ਦਿਨ ਦੀ ਗੱਲ ਨਹੀਂ ਕਹੀ ਇਹ ਕਮਲ ਹੈ ਆਈ ਵਾਂਟ ਟੂ ਹੈਵ ਵੀਡੀਓ ਕਾਲ ਕਰ ਦਿਖਾ ਦੇ ਇਹ ਹੈ ਉਹ ਹੈ ਉਹ ਇਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਇਹ ਜੇ ਬੰਦਾ ਤਰਸਿਆ ਹੁੰਦਾ ਜਿੰਨਾ ਕਿ ਤੂੰ ਸੋਸ਼ਲ ਮੀਡੀਆ ਤੇ ਦਿਖਾਉਂਦੀ ਹੈ ਲੈ ਉਹੀ ਬਹੁਤ ਆ ਉਹਦੇ ਚ ਸੰਤੁਸ਼ਟ ਹੋ ਜਾਂਦਾ ਹੈ ਕਿਉਂਕਿ ਇਹਨਾਂ ਕੜਾ ਕੋਈ ਕੁੜੀ ਚਿੜੀ ਦੇਖੀ ਹੁੰਦੀ ਇਹ ਜੇ ਪ੍ਰਾਣੀ ਨੇ ਬਸ ਆਪਾਂ ਕਿਸ ਨਹੀਂ ਕਰ ਸਕਦੇ ਉਹ ਵਿਆਹ ਤੋਂ ਬਾਅਦ ਹਾਂ ਵਿਆਹ ਤੋਂ ਬਾਅਦ ਕਿਸ ਕਰਾਂਗੇ ਤਾਨੂੰ ਵਾਦਾ ਕਰਨਾ ਪੈਣਾ ਮੇਰੇ ਸਿਰ ਤੇ ਹੱਥ ਰੱਖ ਕੇ ਠੀਕ ਹੈ ਤੇ ਤੁਸੀਂ ਮੈਨੂੰ ਉਦੋਂ ਤੱਕ ਟੱਚ ਨਹੀਂ ਕਰੋਗੇ हां ਮੈਂ ਵਾਦਾ ਕਰਦਾ ਜਦੋਂ ਉਦੋਂ ਟੱਚ ਨਹੀਂ ਕਰਾਂ ਜਿੰਨਾ ਚਿਰ ਆਪਾਂ ਵਿਆਹ ਨਹੀਂ ਹੁੰਦਾ ਉਹ ਬਿਗਸ਼ੌਦੀ ਬੋਡੀ ਰੱਖ ਕੇ ਖੜੀ ਦੀ ਆਵਾਜ਼ ਕੱਢਣ ਵਾਲੇ ਪ੍ਰਾਣੀ ਇੰਨੇ ਤਾਂ ਜੁੰਬੜੇ ਫਿਰਦੇ ਹੋਰ ਸਾਲੇ ਕੀ ਟੱਚ ਕਰਨਾ ਇੱਥੇ ਲੰਮੀ ਪੌਣੀ ਰਹਿ ਗਈ ਆ ਹੁਣ ਤਾਂ ਉਹੀ ਪਾਲਾ ਹੁਣ ਤੋਂ ਅਗ ਤੇਖਾ ਮੇਰਾ ਨੱਕ ਜਿਵੇਂ ਨਾ ਕੀ ਗੱਲ ਨੱਕ ਰੱਖਿਆ ਕਿ ਡ੍ਰਿਲ ਰੱਖੀ ਆ ਜਿੰਨਾ ਹੀ ਤੇਖਾ ਤਾਂ ਮੇਰੀ ਕੰਧ ਚ ਮੜੇ ਜਾਂ ਸ਼ੇਕ ਕਰ ਦੇਈਂ ਸਿੰਗਲ ਬੰਦਾ ਆਇਆ ਹੁਣ ਕੀ ਕਰੇ ਨਖਰੋ ਨੇ ਕਰ ਲੀ ਅੱਖ ਤੇ ਮੈਂ ਆਹ ਕਿਹੜੀ ਨਖਰ ਹੋ ਗਈ ਹੈ ਗੁੱਡੇ ਤੋ ਰੀਲਸ ਤੇ ਕੰਮ ਕਰਦੀ ਐ ਕੋਣ ਨਾ ਪਤੇ ਨੀ ਐਕਸਪ੍ਰੈਸ਼ਨ ਤਾਂ ਮੀਆਂ ਖਲੀਫਾ ਵਾਲੇ ਦੇ ਜਾਂਦੀ ਐ ਲੱਗਦਾ ਜਲਦੀ ਕਲਾਬਰੇਸ਼ਨ ਆਊਗੀ ਜੋਨੀ ਬਾਬੇ ਨਾਲ ਕਰਮਤਾ ਜੀ ਕਰੀਏ ਸ਼ੁਰੂ yes sure ਲੈ ਬਾਈ ਕਿਵੇਂ ਦੀ ਗੱਲ ਕਰੀ ਯਾਰ ਇਹ ਵੀਡੀਓ ਕਿ ਪਰਿਵਾਰਿਕ ਵੀਡੀਓ ਵਾਹ ਤੋ ਸ਼ਲੀਲ ਕਲਾ ਕਰਿਆ ਜਾਣਾ ਹੈ ਪਰ ਫਿਰ ਵੀ ਇਹਦੀ ਇੱਕ ਆ ਵੀਡੀਓ ਤੇ ਇੱਕ ਇਹਦੀ ਜੀ ਬੈਂਗ ਨਾਲ ਜਿਹੜੀ ਪ੍ਰੋਮੋਸ਼ਨ ਕੀਤੀ ਸੀ ਥੋੜੀ ਜਿਹੀ ਪਹਿਲਾਂ ਉਹ ਦੇਖ ਲਓ ਯਾ ਬੇਬੀ ਆ ਦੋਮਾ ਵੀਡੀਓ ਨੂੰ ਕਲਾਬ ਕਰਕੇ ਇਕੱਠਾ ਬੰਦ ਕਰਕੇ ਸੋਨਾ ਦੇਖਿਓ ਕਰਮਦਾ ਜੀ ਕਰੀਏ ਸ਼ੁਰੂ yes sure a few moments later ਯਾ ਬੇਬੀ ਆ ਕਿ ਸੀਸਾ ਟੂ ਲੱਗ ਰਿਹਾ ਕਿ ਪੋਡਕਾਸਟ ਹੋ ਰਿਹਾ ਇੱਕ ਸਾਈਡ ਤੇ ਦੂਜੀ ਸਾਈਡ ਪ੍ਰੋਮੋਸ਼ਨ ਹੋ ਰਹੀ ਹੈ ਇਸ ਮੇ ਤਾਂ ਇੱਕ ਛੋਟੀ ਜੀ ਕੁੜੀ ਆ ਆ ਛੋਟੀ ਜੀ ਕੁੜੀ ਨੂੰ ਦੇਖ ਲੋ ਡਾਇਨਾਸੌਰ ਦੀ ਭੈਣ ਲੱਗਦੀ ਆ ਛੋਟੀ ਜੀ ਕੁੜੀ ਤਾਂ ਐ ਕਰੇ ਜਿਵੇਂ ਕੱਲ ਇਹਨੇ ਪੋਤੜਾ ਬੰਨਣਾ ਬੰਦ ਕੀਤੇ ਹੁੰਦੇ ਆ ਸ਼ੁਰੂ ਤੋਂ ਮੈਨੂੰ ਇੱਕ ਨਾ ਐਕਟਿੰਗ ਦਾ ਕੀੜਾ ਹੁੰਦਾ ਨਾ ਜਿਵੇਂ ਉਹ ਮੇਰੇ ਚ ਰਿਆ ਚ ਸ਼ੁਰੂ ਤੋਂ ਐਕਟਿੰਗ ਮਰੇ ਮਦ ਮੇਰੀ ਐਕਟਿੰਗ ਖਾਸ ਹੁੰਦਾ ਮਰੇ ਐਕਟਿੰਗ ਜੂੜੇ ਦੇਖਿਓ ਹੈ ਹੈ ਯਾਰ ਛੱਡ ਤਾਂ ਉਹ ਬੀਬਾ ਤੂੰ ਜਾ ਸਕਦੀ ਐ ਸੰਜੀ ਮੋਟੋ ਗੇਟ ਲਾ ਜੀ ਸਾਨੂੰ ਆਉਣਾ ਤੇ ਨਾ ਜਾਣੀ ਬੱਲੇ ਵਾਹ ਐਕਟਿੰਗ ਹੈ ਗੁੱਡੀ ਤੇਰੇ ਚ ਹਿਡਨ ਟੈਲੈਂਟ ਸੀ ਹੈ ਇੱਕ ਬਾਹਰ ਕਿਉਂ ਨਿਕੜਿਆ ਤਲ ਸ਼ੁਕਰ ਹੈ ਬਾਹਰ ਨਹੀਂ ਕੱਢਿਆ ਨਹੀਂ ਤਾਂ ਕਿਸੇ ਵਧੀਆ ਐਕਟਰ ਕੋਲ ਚਪੜਾ ਖਾਏਗੀ ਹੈ ਬਾਕੀ ਲੋਕੀ ਤੇਨੂੰ ਗਾਲਾਂ ਕੱਢਣਗੇ ਤੇਰੀ ਐਕਟਿੰਗ ਨੂੰ ਲੈ ਕੇ ਪਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਨਹੀਂ ਲੋਕਾਂ ਦੇ ਨਾਲ ਹੀ ਆ ਕੱਟਣੀਆਂ ਚਾਹੀਦੀਆਂ ਇਹਨੂੰ ਗਾਲਾਂ ਤੇ ਡਿਫ ਫੁੱਡ ਵੈਕਟਿੰਗ ਮੈਨੂੰ ਮੈਂ 26 ਅਗਸਤ ਨੂੰ ਕੈਨੇਡਾ ਆਈ ਸੀ ਐਂਡ ਸੈਪਟੈਂਬਰ ਦੇ ਵਿੱਚ ਆ ਵੀਡੀਓ ਲੀਕ ਹੋਈ ਆ ਤੇ 2 ਮਹੀਨੇ ਮੈਂ ਆਪਣੇ ਰੂਮ ਚੋਂ ਬਾਹਰ ਨਹੀਂ ਨਿਕਲੀ ਕੈਨੇਡਾ ਆਗਲ ਹੋਤੇ ਹਨ ਸਮਝੋ ਮੇਰੀ ਇੱਥੇ ਗੁੱਡੀ ਗੱਲ ਕਰ ਰਹੀ ਆ ਫੇਕ ਵੀਡੀਓ ਬਾਰੇ ਜਿਹੜੀ ਫੇਕ ਐਮਐਸ ਵਾਇਰਲ ਹੋਇਆ ਸੀਗਾ ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਅਜ ਤੋਂ 6-7 ਮਹੀਨੇ ਪਹਿਲਾਂ ਸੋ ਇੱਕ ਫੇਕ ਸੀ ਏਆਈ ਰਾਹੀਂ ਪਰ ਜਿਹੜੀ ਹੁਣ ਦਿਖਾਵਾਂਗਾ ਉਹ ओरिजिनल ਹੀ ਆ ਡੋਨਟ ਵਰੀ ਸੋ ਫੇਕ ਵੀਡੀਓ ਦੀ ਵਾਇਰਲ ਹੋਈ ਸੀਗੀ ਸੋ ਉਸ ਰਿਲੇਟਡ ਕਹਿ ਰਹੀ ਆ ਗੁੱਡੀ ਕਿ ਮੈਂ 26 ਅਗਸਤ ਨੂੰ ਕੈਨੇਡਾ ਆਈ ਸੀ ਤੇ ਸਤੰਬਰ ਦੇ ਵਿੱਚ ਵੀਡੀਓ ਵਾਇਰਲ ਹੋਈ ਤੇ 2 ਮਹੀਨੇ ਘਰ ਹੀ ਰਹੀ ਇਹ ਸਟ੍ਰੈਸ ਦੀ وجہ ਨਾਲ ਮਤਲਬ ਅਕਤੂਬਰ ਤੇ ਨਵੰਬਰ ਕਹਿਣ ਦਾ ਮਤਲਬ ਆ ਕਿ 4 ਮਹੀਨੇ ਦੇ ਤਿੰਨ ਚਾਰ ਮਹੀਨੇ ਇਹ ਕੋਈ ਕੰਮ ਕਰ ਨਹੀਂ ਕੀਤਾ ਤੇ ਗੁੱਡੀ ਹਰ ਵੀਕ ਹਰ ਮਤਲਬ ਮਹੀਨੇ ਦੇ ਵਿੱਚ ਚਾਰ ਵਾਰ ਕਦੀ ਯਾਰਾ ਸਫੋਰਾ ਕਦੀ ਕਿਤੇ ਕਦੀ ਕਿਤੇ ਔਰ ਗਹਿਨੇ ਸਹਿਤ ਉਨਕੇ ਪਸੰਦ ਕੀ ਚੀਜ਼ ਉਪਹਾਰ ਮੇ ਦੇਤੇ ਰਹੇ ਕਦੀ ਕਿਤੇ ਕਦੀ ਕਿਤੇ ਸ਼ੂਗਰ ਡੈਡੀ ਯੋ ਰੱਖਿਆ ਹੋਇਆ ਹੈ ਗੋਡੀ ਨੇ ਸ਼ੂਗਰ ਡੈਡੀ ਵੀ ਮੈਂ ਸ਼ੋਅ ਕਰ ਦੂੰਗਾ ਪਰ ਇਸ ਵੀਡੀਓ ਚ ਕਰਨਾ ਹੋ ਤਾਂ ਇਸ ਵੀਡੀਓ ਚ ਕਰ ਦੂੰਗਾ ਜੇ ਦਿਲ ਕੀਤਾ ਤੇ ਬਰਨ ਮੈਂ ਨੈਕਸਟ ਵੀਡੀਓ ਸ਼ੋਅ ਕਰੂੰਗਾ ਕਿਹੜਾ ਸ਼ੂਗਰ ਡੈਡੀ ਆ ਸੋ ਆਫਕੋਰਸ ਤੁਹਾਨੂੰ ਵੀ ਪਤਾ ਤੁਸੀਂ ਵੀ ਕੈਨੇਡਾ ਰਹਿ ਰਹੇ ਹੋ ਜਿਹੜੇ ਕੈਨੇਡਾ ਰਹਿ ਰਹੇ ਬਾਹਰ ਰਹਿ ਰਹੇ ਹੋ ਇਹ ਤਾਂ ਹੈ ਨਹੀਂਗਾ ਕਿ 3 ਮਹੀਨੇ ਬੇਲੇ ਰਹਿ ਕੇ ਯਾਰਾ ਕਦੀ ਖਪੋਰ ਆ ਕਦੀ ਕਿਤੇ ਕਦੀ ਕਿਤੇ ਚਲੋ ਇਹ ਵੀ ਬੰਦਾ ਲੈ ਲੈਂਦਾ ਕਿ ਆਪਣੀ ਸ਼ੋਪਿੰਗ ਲਈ ਹੈਨਾ ਪਰ ਤੇਰਾ ਪੁੱਤ ਪਿੰਡ ਆ ਰਿਹਾ ਹੋ ਜਣਿਆ ਪਰ ਉਹਦੇ ਨਾਲ ਨਾਲ ਪੰਜਾਬ ਵੀ ਗੁੱਡੀ ਮੁੜ ਕੇ ਵਾਪਸ ਆ ਗਈ ਆ 6-7 ਮਹੀਨੇ 8 ਮਹੀਨੇ ਸਾਡੇ ਕੋਲ ਸਾਲਾ 3 ਸਾਲ ਹੋ ਗਿਆ ਸਾਲਾ ਮੁੜੇ ਨਹੀਂ ਜਾਂਦਾ ਪੈਸੇ ਨਹੀਂ ਜੁੜਦਾ ਇੰਨਾ ਸਾਡੇ ਕੋਲ ਹੋਰੇ ਖਰਚੇ ਨਹੀਂ ਮੁੱਕਦੇ ਹੈਗੇ ਇਹਨਾਂ ਦੇ ਕਿੱਦਾਂ ਨੇ ਖਰਚੇ ਵੀ ਕਰੀ ਜਾਂਦੇ ਗੁੱਡੀ ਤੇ ਪੱਕਾ ਸ਼ੁਗਰ ਡੇੜੀ ਆ ਪੱਕਾ ਕਰਮਿਤਾਵਾ ਉਹ ਸਿਰਫ ਇਨਫਲੂਐਂਸਰ ਨਹੀਂ ਆ ਉਹ ਰੋਲ ਮਾਡਲ ਆ ਰਾਈਟ ਕਿਉਂਕਿ ਆ ਹੁਣ ਚਿਤਦੜ ਕੱਢ ਮਹਿਕਮਾ ਵੀ ਲੋਕਲ ਰੋਲ ਮਾਡਲ ਬਣਾਣਗੇ ਹੁਣ ਤੁਸੀਂ ਇਹਨੂੰ ਰੋਲ ਮਾਡਲ ਬਣਾਉਣਾ ਕਿ ਤੁਸੀਂ ਵੀ ਆਪਣੇ ਤੁਹੀ ਐ ਮਚਕੌਂਦੇ ਜਾਣਾ ਹੈ ਉਹ ਕੋ ਚੱਜ ਦਾ ਕੰਮ ਕਰ ਲੋ ਕਿਥੇ ਚੱਜ ਦੇ ਇਨਸਾਨ ਨੂੰ ਆਪਣਾ ਰੋਲ ਮਾਡਲ ਮੰਨੋ ਇਹ ਜੇ ਫੁੱਦਵਾ ਨੂੰ ਮੰਨਣ ਨਾਲ ਤਾਂ ਲੱਖ ਦੀ ਲਾਣਤ ਮੈਂ ਤੁਸੀਂ ਵੀ ਫੁੱਦ ਹੋਈਆਂ ਜਿਹੜਾ ਇਹਨੂੰ ਰੋਲ ਮਾਡਲ ਮੰਨਦੇ ਆ 8 9 ਸਟੈਂਡਰਡ ਤੋਂ ਰਿਸਪੌਂਸਿਬਿਲਟੀਜ਼ ਕੀ ਹੁੰਦੀਆਂ ਨੇ ਰਿਸਪੌਂਸਿਬਿਲਟੀਜ਼ ਦਾ ਮਤਲਬ ਮੈਨੂੰ ਉਹ ਏਜ 'ਚ ਸਮਝ ਆ ਗਿਆ ਮੈਂ ਗੁੱਡੀ ਹੁਣ ਵੀ ਉਹ ਰਿਸਪੌਂਸਿਬਿਲਟੀ ਸਮਝੋ ਨਾ ਹੁਣ ਤੇ ਤੁਹਾਡੀ ਆਸ਼ਕੀ ਨਹੀਂ ਮੁੱਕਦੀ ਹੁਣ ਸ਼ੂਗਰ ਡੈਡੀ ਰੱਖਿਆ ਹੋਏ ਜਾਂ ਬਸ ਉਹਦੇ ਨਾਲ ਫਿਰੋ ਘੁੰਮੋ ਅਜਾਸ਼ੀਆਂ ਮਾਰੋ ਹੁਣ ਤਾਂ ਗੱਡੀ ਨੂੰ ਡਾਂਸਿੰਗ ਕਾਰ ਬਣਾਇਆ ਹੁੰਦਾ ਆ ਆ ਚੁੰਮਾ ਚੱਟੀ ਵਾਲੀ ਵੀਡੀਓ ਚੈੱਕ ਸਲੋਮ ਮੋਸ਼ਲ ਜੀ ਚੈੱਕ ਕਰੋ ਹੂੰ ਹਾਂ ਇਮਰਾਨ ਅਸ਼ਮੀਰੀ ਪੈਣ ਜੇ ਬਾਲੀਵੁੱਡ ਆ ਰਿਹਾ ਕੋਲ ਇਮਰਾਨ ਅਸ਼ਮੀ ਆ ਤੇ ਖੱਚ ਬੋਡ ਦੇ ਵਿੱਚ ਵੀ ਸਾਡੇ ਕੋਲ ਕਰਮਿਤਾ ਹੈਗੀ ਆ ਕੰਪੀਟੀਸ਼ਨ ਦੇ ਨੂੰ ਜਿਹੜੇ ਬੰਦੇ ਦੇ ਨਜ਼ਾਰੇ ਉਹਦੇ ਤਾਂ ਨਜ਼ਾਰੇ ਆ ਸਾਣਾ ਸਾਨੂੰ ਕਦੋਂ ਕੋ ਚੁੰਮਾ ਕਰੂ ਹੈ ਸਾਡੇ ਕਾੜਾ ਬੋਲੇ ਪਾਟੇ ਆ ਯਾਰ ਕੋਈ ਸਾਨੂੰ

ਕਿਸੇ ਦੇ ਪਾਰਟਨਰ ਨਾ ਕਰੋ ਜੋ ਮਰਜ਼ੀ ਤੁਸੀਂ ਕਰੋ ਇੰਜਵਾਏ ਆਪਾਂ ਨੇ ਕੁਝ ਕਹਿੰਦੇ ਹੈਗੇ ਪਰ ਜਦ ਤੁਸੀਂ ਪਬਲਿਕ ਫਿਗਰ ਹੋ ਤੁਹਾਨੂੰ ਦੇਖਣਾ ਚਾਹੀਦਾ ਤੁਸੀਂ ਕੀ ਪੋਸਟ ਕਰਦੇ ਹੋ ਕੀ ਨਹੀਂ ਜਾਂ ਫਿਰ ਸਿਰਫ ਪੌਲਿਟਿਕਲ ਸਟੰਟ ਸੀ ਕੀ ਗੱਲ ਲੋਕੀ ਪੱਦ ਨਿਕਲਣੂ ਮਸ਼ੀਨ ਨੂੰ ਦੇਖ ਦੇ ਕੇ ਅੱਕ ਗਏ ਸੀ ਆਈ ਨੋ ਇਹ ਪਤਾ ਹੈ ਕਿੰਨਾ ਕਟਮ ਲੋਕੀ ਇਹਨਾਂ ਦਾ ਕਸਮੈਲਾ ਜੇ ਪਿਛਬੜਾ ਦੇਖ ਦੇ ਕੇ ਕਹਿੰਦੇ ਰਹੂਗੇ ਸੋ ਨਾਈਸ ਮੈਮ ਸੋ ਬਿਊਟੀਫੁਲ ਬਿਗ 팬 ਹਨ ਵੀ ਪਤਾ ਹੈ ਕਿ ਉਸ ਤੋਂ ਇਲਾਵਾ ਇਹਦੇ ਕੋਲ ਕੁਝ ਹੈ ਹੀ ਨਹੀਂਗਾ ਬਸ ਉਹੀ ਇੱਕ ਟੈਲੈਂਟ ਆ ਇਹਦਾ ਵੀ ਕਿਤੇ ਕੁੱਲੜ ਪੀਜੇ ਵਾਲਾ ਹਿਸਾਬ ਨਾ ਹੋਵੇ ਉੱਪਰੋਂ ਗੋਲੀ ਤੇ ਪਿੱਛੇ ਪੀਜੇ ਰੜਿਆ ਹੀ ਹੋਵੇ ਆ ਜਿਹੜੀ ਵੀਡੀਓ ਦੇ ਵਿੱਚ ਮੈਂ ਪਿੱਛੇ ਪ੍ਰੋਮੋਸ਼ਨ ਕੀਤੀ ਨੂੰ ਬਹੁਤਾ ਸੀਰੀਅਸ ਨਹੀਂ ਲੈਣਾ ਇਹਨਾਂ ਦਾ ਕੰਮ ਆ ਲੋਕਾਂ ਨੂੰ ਠੱਗਣਾ ਤੇ ਆਪਾਂ ਇਹਨਾਂ ਨੂੰ ਠੱਗਦੇ ਆ ਤੇ ਤੁਹਾਨੂੰ ਨਾਲ ਨਾਲ ਵੇਅਰ ਵੀ ਕਰਦੀ ਆ ਸੋ ਉਸ ਨੂੰ ਸੀਰੀਅਸ ਨਹੀਂ ਲੈਣਾ ਉਹ ਇੱਕ ਪ੍ਰੋਮੋਸ਼ਨ ਸੀ ਦੈਟਸ ਇਟ ਤੁਹਾਡਾ ਲੋਸ ਹੋ ਸਕਦਾ ਆ ਧੰਨਵਾਦ ਤੇਰੇ ਕੋਲ ਇਹ ਆਸ ਨਹੀਂ ਸੀ ਤਾਂ ਸੰਝ ਆ ਲਿਆ ਤੇ ਆ ਤੇਰੇ ਤੋਂ ਵੀ ਇਹ ਉਮੀਦ ਨਹੀਂ ਸੀ ਕਿ ਟੱਪੇ ਮੰਨਿਆ ਕਿ ਤੂੰ ਹਰ ਮੁੱਦੇ ਦੇ ਉੱਤੇ ਬੋਲਦਾ ਆ ਪਰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਬੋਲਿਆ ਕਰੈ ਨਾ ਸਲਾ ਹਰ ਪਾਸੇ ਨੈਗੇਟਿਵਿਟੀ ਹਰ ਪਾਸੇ ਨੈਗੇਟਿਵਿਟੀ ਸਹੀ ਮੈਸਰੀ ਵੀ ਕਰੀ ਦੇ ਦਿਆ ਕਰ ਲੋਕਾਂ ਨੂੰ ਐਾਕੀ ਤੁਹਾਨੂੰ ਦੱਸਾਂ ਅੰਬਾਨੀਆਂ ਨੇ ਇਹ ਨਾ ਦੋਨਾਂ ਨੂੰ ਕਿਉਂ ਸੱਦਿਆ ਹਾਂਜੀ ਐਸੇ ਕਰਕੇ ਅੰਬਾਨੀ ਸਾਰੇ ਇੰਡੀਆ 'ਚ ਅਮੀਰ ਆ ਤੇ ਅਸੀਂ ਲੋਕ ਅਮੀਰ ਨਹੀਂ ਚੱਕ ਤੁਸੀਂ ਲੋਕ ਇਸ ਲਈ ਨਹੀਂ ਹੁਣ ਤੇਰੇ ਕੀ ਮਤਲਬ ਆ ਕਿ ਦਲਜੀਤ ਸਾਂਝ ਕਰੋੜਾਂ ਦਾ ਸ਼ੋਅ ਛੱਡ ਕੇ ਘਰ ਬੈਜੇਂਦਾ ਆਪਣਾ ਕਿੱਤੇ ਨੂੰ ਵੀ ਛੱਡ ਦਵੇ ਹੈ ਨਾ ਉਹਦਾ ਤਾਂ ਕਿੱਤੇ ਆ ਗੋਣਾ ਉਹਨੂੰ ਤਾਂ ਜਿੱਥੇ ਮਿਲਿਆ ਤਾਂ ਉਹਨੇ ਜਾ ਕੇ ਗਾਣਾ ਕੱਲੋਂ ਤੇਰੇ ਵਰਗਾ ਕਹੂਗਾ ਕਿ ਹਿੰਦੂਆਂ ਦੇ ਜਾ ਕੇ ਨਾ ਗਿਆ ਕਿ ਤੂੰ ਸਿੱਖਵਾ ਉਹ ਐ ਨਹੀਂ ਗੱਲਾਂ ਹੁੰਦੀਆਂ ਮੇਰਾ ਭਰਾ ਜਿਹੜਾ ਹੁਣ ਕੜਿਆਨੇ ਦੀ ਸ਼ਾਪ ਖੋਲ ਕੇ ਬੈਠਾ ਆ ਕੀ ਗੱਲ ਉਹ ਕੀ ਕਵੇ ਕਿ ਹਾਂ ਮੈਂ ਤਾਂ ਸਿੱਖਵਾ ਮੈਂ ਤਾਂ ਕਿਸੇ ਹਿੰਦੂ ਨੂੰ ਸਬਜੀ ਨਹੀਂ ਦੇਣੀ ਮੈਂ ਤਾਂ ਕੋਈ ਦਾਲ ਨਹੀਂ ਦੇਣੀ ਮੈਂ ਕੋਈ ਕੋਰਕਰੇ ਨਹੀਂ ਵੇਚਣੇ ਲੇਜ਼ ਨਹੀਂ ਵੇਚਣੇ ਕੁਝ ਵੀ ਬਟਾਇਵਰ ਹਨਾ ਜਿਸ ਹਿਸਾਬ ਨਾਲ ਉਹ ਕਹਿ ਰਿਹਾ ਕਿ ਕਰੋੜਾਂ ਦੇ ਸ਼ੋ ਛੱਡ ਕੇ ਘਰ ਬੈਠ ਤੇ ਫੇਰ ਤਾਂ ਅਮੀਰ ਹੋ ਗਏ ਉਹ ਵੀ ਅੰਬਾਨੀ ਜਿੰਨੇ ਆ ਕਰ ਕੀ ਆ ਕਿਸਾਨੀ ਮੋਰਚੇ ਵੇਲੇ ਸਾਰਿਆਂ ਤੋਂ ਜ਼ਿਆਦਾ ਕਿਸਾਨਾਂ ਦੇ ਹੱਕ 'ਚ ਦੋਨੋਂ ਹੀ ਆਏ ਸੀ ਤੇ ਅੰਬਾਨੀਆਂ ਨੇ ਉਹ ਗੱਲ ਦਿਲ 'ਚ ਰੱਖੀ ਸੀ ਤੇ ਲਵਾਤੇ ਫਿਰ ਫੁਮਕੇ ਕਿ ਨਹੀਂ A few moments later ਕਲਾਗਾਰ ਪੈਸੇ ਦੇ ਪੁੱਤ ਹੁੰਦੇ ਲੋਕਾਂ ਦੇ ਸਕੇ ਨਹੀਂ ਸਾਰੇ ਪਾਸੇ ਸ਼ੇਅਰ ਕਰਿਓ ਹੋਇਆ ਕੀ ਇਹ ਜਿਹੜੀ ਰਹਿਾਨਾ ਇਹਨਾਂ ਦੇ ਆਈ ਸੀ ਅੰਬਾਨੀਆਂ ਦੇ ਇਹ ਬਾਈ ਜੀ 5 ਮਿਲੀਅਨ ਲੈ ਨਹੀਂ ਆਈ ਇਹਦਾ ਕੰਮ ਆ ਅਰਬਾਂ ਖਰਬਾਂ ਦਾ ਪਿਛਲੇ 8 ਸਾਲ ਤੋਂ ਇਹਨੇ ਕੋਈ ਸ਼ੋਅ ਨਹੀਂ ਲਾਇਆ ਇਹ ਅੰਨਾ ਪੈਸਾ ਕਮਾਰੀਓ ਕਿੱਦਾਂ ਹੋਇਆ ਕਿ ਬਾਈ ਜੀ ਇਹਦਾ ਸਫੋਰਾ ਚ ਸਮਾਨ ਆ ਸਮਾਨ ਸੇਲ ਹੁੰਦਾ ਇਹਦਾ ਸਫੋਰਾ ਚ ਤੇ ਜਿਹੜਾ ਇੰਡੀਆ ਵਾਲਾ ਸਫੋਰਾ ਉਹ ਅੰਬਾਨੀਆਂ ਨੇ ਲੈ ਲਿਆ ਸੋ ਹੁਣ ਇਹਦੇ ਨੱਚਣ ਦੇ ਨਾਲ ਹੀ ਦੂਜੇ ਦਿਨ ਇਹਦਾ ਜਿਹੜਾ ਸਮਾਨ ਆ ਸਫੋਰਾ ਚ ਇੰਡੀਆ ਚ ਵੀ ਆ ਗਿਆ ਆ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਆ ਇਹਨਾਂ ਨੂੰ ਪੈਸੇ ਨਾਲ ਕਿੰਨਾ ਪਿਆਰ ਆ ਠੀਕ ਆ ਪਹਿਲਾਂ ਕਹਿੰਦਾ ਸੀ ਰਹਿਾਨਾ ਨੂੰ ਨਾ ਤਾਂ ਸੱਦਿਆ ਕਿ ਉਹਨੂੰ ਠੋਮਕੇ ਲਵਾਉਣੇ ਸੀ ਕਿਉਂਕਿ ਕਸਾਨਾ ਦੀ ਨੂੰ ਸਪੋਰਟ ਕੀਤੀ ਸੀ ਬਾਅਦ ਚ ਕਹਿੰਦਾ ਕਿ ਉਹ ਆਪਣੇ ਸਮਾਨ ਵੇਚਣ ਆਈ ਸੀਗੀ ਇਕ ਤਮ ਸੇ ਇਹਨਾਂ ਨੇ ਬਖਤ ਬਦਲੇ ਜਜਵਾਤਾਂ ਬਦਲ ਦिए हैं ਕੀ ਗੱਲ ਕਮੈਂਟਾਂ 'ਚ ਗਾਲਾਂ ਪੈ ਗਈਆਂ ਸੀ ਆ ਲੋਕਾਂ ਬਾਰੇ ਕਟੱਪਾ ਬਾਲਾ ਕੁਛ ਬੋਲਦਾ ਰਹਿੰਦਾ ਪਲੇ ਦੇ ਆਪ ਦੇ ਵੀ ਲੱਛਣ ਦੇਖ ਲੋ ਇਹਨੇ ਥੰਬਨੇਲ ਕੋਈ ਉਹ ਲਾਇਆ ਹੁੰਦਾ ਜਿਹੜੀ ਵੀਡੀਓ ਜੀ ਵਾਇਰਲ ਹੋਈ ਹੁੰਦੀ ਆ ਤੇ ਅੰਦਰ ਵੀਡੀਓ ਕੁਛ ਹੋ ਰਹੀ ਹੁੰਦੀ ਆ ਆ ਚੈੱਕ ਕਰ ਲਓ ਤੁਸੀਂ ਇਹ ਕਰਦੇ ਬਾਦਲਾਂ ਦੀ ਐਡ ਤੁਹਾਡੇ ਲੋ ਬਾਦਲਾਂ ਨੇ ਲੋਕਾਂ ਦੇ ਪੁੱਤ ਮਾਰੇ ਬਿਆਦਮੀਆਂ ਕੀਤੀਆਂ ਤੁਹਾਨੂੰ ਕੀ ਤੁਸੀਂ ਤਾਂ ਦੇਖ ਇਹ ਕਰਦੇ ਬਾ ਇਥੇ ਨਾ ਥੰਮਨਲ ਉਸ ਵੀਡੀਓ ਦਾ ਲਾਇਆ ਹੋਇਆ ਆ ਆ ਬਰਾਊਨ ਕੁੜੀ ਜਿਹੜੀ ਬੈਲਡਿੰਗ ਕਰਦੀ ਆ ਇੱਕ ਵਿਆਹ ਤੇ ਗਈ ਸੀ ਤਾਂ ਉੱਥੇ ਬੌਂਸਰ ਆਈ ਸੀਗੇ ਤਾਂ ਉਹ ਭਰਾਮ ਨੇ ਕਿਹਾ ਕਿ ਭੈਣੇ ਸਾਡੇ ਨਾਲ ਇੱਕ ਵੀਡੀਓ ਬਣਾ ਲਓ ਤਾਂ ਉਹਨੇ ਬਣਾ ਲਈ ਇੱਕ ਵੀਡੀਓ ਕਿ ਹਾਂ ਵੀ ਚਲ ਸਪੋਰਟਰ ਆ ਭਾਈ ਆ ਮੇਰੇ ਹਨਾ ਤਾਂ ਉਹਨੇ ਇੱਕ ਵੀਡੀਓ ਬਣਾ ਲਈ ਉਹ ਸੋਸ਼ਲ ਮੀਡੀਆ ਤੇ ਇੰਨੀ ਕੁ ਵਾਇਰਲ ਹੋ ਗਈ ਜਦ ਕਿ ਉਹ ਪੋਸਟ ਵੀ ਇੱਕ ਬੌਂਸਰ ਨੇ ਕੀਤੀ ਸੀਗੀ ਆਪਣੀ ਆਈਡੀ ਦੇ ਵਿੱਚ ਕਿ ਅਸੀਂ ਭੈਣ ਨੂੰ ਮਿਲੇ ਆ ਹਨਾ ਤੇ ਉਹ ਵੀਡੀਓ ਇੰਨੀ ਕੁ ਵਾਇਰਲ ਹੋ ਗਈ ਤੇ ਲੋਕਾਂ ਨੇ ਚੱਕ ਕੇ ਬਣਾ ਤੀ ਕਿ ਇਹਨੂੰ ਕੀ ਲੋਡ ਪੈ ਗਈ ਬੌਂਸਰ ਰੱਖਣ ਦੀ ਜੇ ਜਾਂ ਬੋਆ ਜੇ ਮਨਾ ਕਰੇ ਉਹ ਕੁੜੀ ਕਿ ਮੈਂ ਵੀਡੀਓ ਨਹੀਂ ਬਣਾ ਸਕਦੀ ਬਰੋ ਤਾਂ ਫਿਰ ਕੋ ਕੁੜੀ ਨੇ ਮਾੜੀ ਬਜਣਾ ਕਿ ਹਾਂ ਵੀ ਕਿ ਸਾਡੇ ਪੰਜਾਬੀਆਂ ਸਿਰੋ ਚੱਲ ਕੇ ਅੱਜ ਸਾਨੂੰ ਮਨਾ ਕਰਦੀ ਫਿਰਦੀ ਾਕੜ ਕਰਦੀ ਪਈ ਫੋਲੋਵਰਾਂ ਦੀ ਤੇ ਜੇ ਉਹਨੇ ਬਣਾ ਲਈ ਤਾਂ ਵੀ ਉਹਨੂੰ ਗਾਲ ਆ। ਸਾਲਾਂ ਦੇ ਹੱਕ ਚ ਦੋਨੋਂ ਹੀ ਆਏ ਸੀ ਤੇ ਅੰਬਾਨੀਆਂ ਨੇ ਉਹ ਗੱਲ ਦਿਲ 'ਚ ਰੱਖੀ ਸੀ ਤੇ ਲਵਾਤੇ ਫਿਰ ਠੁਮਕੇ ਕਿ ਨਹੀਂ ਅਬਾਕ ਕਟਪਾ ਇੱਥੇ ਕਹਿ ਰਿਹਾ ਕਿ ਲਵਾਤੇ ਨਾ ਠੁਮਕੇ ਜਦ ਕਿ ਰਿਐਲਿਟੀ ਇਹ ਹੈ ਕਿ ਸਾਨੂੰ ਪੰਜਾਬੀ ਨੂੰ ਅੰਬਾਨੀ ਉਹਨਾਂ ਨੇ ਇੰਨਾ ਮਾੜਾ ਕਹਿ ਕੇ ਸਾਡੇ ਨਾਲ ਇੰਨਾ ਮਾੜਾ ਵਿਹਾਰ ਕਰਕੇ ਤੇ ਲੋੜ ਤਾਂ ਸਾਡੀ ਹੀ ਪਈ ਜਨਾ ਵਿਆਹ ਚ ਮਹਿਫਲ ਲਾਉਣ ਨੂੰ ਆ ਰਹਾਨਾ ਦੀ ਇੱਕ ਦੋ ਵੀਡੀਓ ਵਾਇਰਲ ਹੋਈਆਂ ਅੰਬਾਨੀ ਦੇ ਮੁੰਡੇ ਦੇ ਪ੍ਰੀ-ਬੈਡਿੰਗ ਵਾਲੀਆਂ ਵੀਡੀਓਜ਼ ਵੀ ਇੱਕ ਦੋ ਵਾਇਰਲ ਹੋਈਆਂ ਸਾਰੀਆਂ ਦੇ ਵੀਡੀਓ ਦਲਜੀਤ ਦਸਾਂਝ ਦੀਆਂ ਹੋਈਆਂ ਸੀ ਵਾਇਰਲ ਆ ਬਾਕੀ ਗੱਲ ਇਹ ਦੀ ਠੁਮਕੇ ਦੀ ਆ ਠੁਮਕੇ ਦੇਖ ਜਿਹੜਾ ਕੌਣ ਲਾਂਦਾ ਪਿਆ ਆ ਇੱਥੇ ਅਕ ਕਰੋ ਚੱਕ ਤ੍ਰਿਨਾ ਕਪੂਰ ਦੇ ਠੁਮਕੇ ਲੱਗ ਰਹੇ ਆ ਅਕ ਕਰੋ ਚੱਕ ਕ੍ਰਿਸ਼ਮਾ ਕਪੂਰ ਦੇ ਵੀ ਠੁਮਕੇ ਲੱਗ ਰਹੇ ਆ ਆ ਬਾਕੀ ਮੈਂ ਫੇਲੇ ਚੈੱਕ ਕਰੋ ਅੰਬਾਨੀ ਦਾ ਮੁੰਡਾ ਵੀ ਕਹਿ ਰਿਹਾ ਕਿ 20 ਮਿੰਟ ਪਈ ਹੋਰ ਗਾ ਦੇ ਪੁਲਿਸ ਮਾਹੌਲ ਬਣਿਆ ਹੋਇਆ ਆ ਲੈ ਦੇਖ ਤਾਂ ਮਾਰਦੀ ਕ੍ਰਿਨਾ ਕਪੂਰ ਜਿੱਕਾ ਅਰਜੁਨ ਕਪੂਰ ਵਿੱਕੀ ਕੋਸ਼ਲ ਸਾਰੇ ਨੱਚਦੇ ਹਨ ਆ ਦੇਖ ਜਰਾ ਜਾਨ ਵੀ ਕਪੂਰ ਜਰਾ ਠੁਮਕੇ ਮਾਰਦੀ ਆ ਲੈ ਸ਼ਾਰੂ ਖਾਨ ਤੱਕ ਨੇ ਹੱਥ ਜੋੜ ਦਿੱਤੇ ਆਏ ਹੈ ਜੱਫੀਆਂ ਪੈ ਰਹੀਆਂ ਹਨ ਆ ਦੇਖ ਤਾਂ ਨੰਦ ਮਾਡੀ ਕੇ ਦੱਠੋਂਮ ਕੇ ਮਾਰ ਰਿਹਾ ਸਾਰੇ ਰਿਸ਼ਤੇਦਾਰ ਨਚਾਤੇ ਅਗਲੇ ਨੇ ਸਾਰਾ ਬੋਲੀਵੁੱਡ ਨਚਾਤਾ ਅੰਬਾਨੀਆ ਦਾ ਮੁੰਡਾ ਨਚਾਤਾ ਅੰਬਾਨੀ ਦੀ ਘਰ ਵਾਲੀ ਨਚਾਤੀ ਸਾਲੇ ਹੋਰ ਕੀ ਚਾਹੀਦਾ ਹੋਰ ਕਿਹਨੂੰ ਕਹਿੰਦੇ ਮਹਿਫਲ ਔਣੀ ਹੋਰ ਇਸ ਤੋਂ ਵੱਡਾ ਬਦਲਾ ਕੀ ਹੈ ਕਿ ਦੁਸ਼ਮਣ ਦੇ ਘਰ ਜਾ ਕੇ ਹੀ ਅਗਲੇ ਨੇ ਉਹ ਸਾਰੇ ਠੁਮਕੇ ਲਵਾਏ ਆ ਬਾਕੀ ਉਹਦਾ ਕੀਤਾ ਯਾਰ ਉਹਨਾਂ ਦਾ ਜਿੱਥੇ ਮਿਲਣਾ ਆ ਅਗਲੇ ਨੇ ਉੱਥੇ ਸ਼ੋਅ ਲਾਉਣਾ ਆ ਥੋੜੀ ਜਿਹਾ ਸਿਆਣੇ ਬਣਿਆ ਕਰੋ ਤੁਸੀਂ ਐਦਾਂ ਤਾਂ ਕਰਿਆਨੇ ਵਾਲੀਆਂ ਸ਼ੋਪਾਂ ਵੀ ਬੰਦ ਹੋ ਜਾਣ ਆ ਬਾਕੀ ਜਿਹੜਾ ਦਲਜੀਤ ਸਿੰਘ ਸਾਹਿਬ ਨੂੰ ਗਦਾਰ ਕਹਿ ਰਿਹਾ ਕਿ ਅੰਬਾਨੀਆਂ ਦੇ ਸ਼ੋਅ ਲਾ ਕੇ ਆਇਆ ਤਾਂ ਤੁਸੀਂ ਵੀ ਆਪਣਾ ਟੀਵੀ ਟੂਵੀ ਬੰਦ ਕਰ ਦਿਓ ਕਿਉਂਕਿ 80% ਚੈਨਲ ਉਹਨਾਂ ਦੇ ਹੀ ਆ ਕਰਿਆਨੇ ਦੀ ਸ਼ੋਪ ਬੰਦ ਕਰ ਦਿਓ ਕਿਉਂਕਿ ਅੰਬਾਨੀ ਅਡਾਨੀ ਉਹਨਾਂ ਦੀ ਹੀ ਕਰਿਆਨੇ ਦੀ ਸ਼ੋਪਾਂ ਆ ਰਹੀਆਂ ਆ ਉੱਥੇ ਸਮਾਨ ਜੋ ਵੀ ਆਉਂਦਾ ਆ ਆ ਬਾਕੀ ਫਿਰ ਉਹ ਵੀ ਗਦਾਰ ਹੋ ਜਿਹੜੇ 30 40% ਪੰਜਾਬ ਦੇ ਵਿੱਚ Jio ਦੀ SIM ਯੂਜ਼ ਕਰਦੇ ਨੇ ਲੋਕ ਉਹਨਾਂ ਨੂੰ ਵੀ ਗਦਾਰ ਕਹੋ ਐ ਅਬ ਬਾਕੀ ਘਟਪੈਦ ਨੂੰ ਇੱਕ ਗੱਲ ਕਹਿਣੀ ਹੈ ਕਿ ਆਹ ਕਲਿੱਪ ਜ਼ਰੂਰ ਚੈੱਕ ਕਰ ਲੈ ਜਿੱਥੇ ਬਾਲੀਵੁੱਡ ਵਾਲੇ ਬੱਸ ਦੇ ਵਿੱਚ ਆ ਰਹੇ ਆ ਤੇ ਆਪਣਾ ਦਿਲ ਜੀ ਦਾ ਸਾਜ ਪ੍ਰਾਈਵੇਟ ਜੈਟ ਤੇ ਆ ਰਿਹਾ ਆ ਕਰੋ ਚੈੱਕ ਸੋ ਫਰਕ ਦੇਖ ਲੈ ਮੇਰਾ ਵੀਰ ਕੀ ਉਹਨੇ ਕੀ ਕਮਾਇਆ ਕਿ ਕੀ ਨਹੀਂ ਤੂੰ ਸਾਲਿਆ ਨੈਗੇਟਿਵਿਟੀ ਹੀ ਫਲਾਇਆ ਕਰ ਇਹਦਾ ਦਿਲਜੀਤ ਸਾਹਿਬ ਨਾਲ ਬੜਾ ਹੀ ਮਤਲਬ ਲੱਗਦਾ ਲੋਕ ਦਾ ਆ ਇਹ ਲੱਗਦਾ ਜੀ ਉਹਨੂੰ ਨੂਮੀਨਾਟੀ ਨਾਲ ਕੰਪੇਅਰ ਕਰ ਦਿੰਦਾ ਕਦੀ ਕਿਸੇ ਨਾਲ ਕੰਪੇਅਰ ਕਰ ਦਿੰਦਾ ਯਾਰ ਉਹਦੀ ਕੋਈ ਆਪਦੀ ਜ਼ਿੰਦਗੀ ਨਹੀਂ ਹੈ ਉਹ ਆਪ ਦਾ ਕੋਈ ਕੁਛ ਕਰ ਨਹੀਂ ਸਕਦਾ ਫੁੱਦੂ ਨਾ ਬਣਿਆ ਕਰੋ ਇਹਨਾਂ ਦੇ ਮਗਰ ਲੱਕੇ ਮੈਂ ਤਾਂ ਬਸ ਅੱਜ ਦੀ ਵੀਡੀਓ ਦੇ ਵਿੱਚ ਇਹੀ ਮੈਸੇਜ ਦੇਣਾ ਸੀਗਾ ਕਿ ਇਹ ਤਾਂ ਹੈ ਫੁੱਦੂ ਜਦ ਕਿ ਰਿਐਲਿਟੀ ਇਹ ਹੈ ਕਿ ਉਹਨੇ ਪੂਰਾ ਬਾਲੀਵੁੱਡ ਨਚਾਤਾ ਪੂਰੇ ਬਾਲੀਵੁੱਡ ਦੇ ਠਮਕੇ ਲਵਾਤੇ ਉਹਦੀ ਘਰ ਵਾਲੀ ਦੇ ਉਹਦੇ ਮੁੰਡੇ ਦੇ ਉਹਦੀ ਨੌ ਦੇ ਹੋਰ ਕੀ ਚਾਹੀਦਾ ਐਟ ది ਐਂਡ ਗੱਲ ਇਹੀ ਹੈ ਕਿ ਅੰਬਾਨੀ ਹੁਣ ਸਾਡੇ ਨਾਲ ਜਿੰਨਾ ਮਰਜ਼ੀ ਮਾੜਾ ਕਰ ਲੈਣ ਪਰ ਉਹਨਾਂ ਨੂੰ ਵੀ ਪਤਾ ਹੈ ਜਿੱਥੇ ਮਹਿਫਲ ਲਾਉਣੀ ਹੈ ਉੱਥੇ ਪੰਜਾਬੀ ਹੀ ਕੰਮ ਆਉਣੇ ਆ ਆ ਬੋਲੀਵੁੱਡ ਵਾਲਿਆਂ ਤੋਂ ਨਹੀਂ ਕੁਝ ਵੀ ਹੋਣਾ ਹੈਗਾ ਸੋ ਅੱਜ ਦੀ ਵੀਡੀਓ ਮੇਰੀ ਇੰਨੀ ਕ ਸੀ ਤੇ ਮੇਰੀ ਵੀਡੀਓ ਦੇ ਵਿੱਚ ਇਹੀ ਮੈਸੇਜ ਹੈ ਕਿ ਇਹ ਜਿਹੇ ਫੁੱਦੂ ਬੰਦਿਆਂ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਆ ਇਹ ਹੈਗੇ ਫੁੱਦੂ ਇਨਸਾਨ ਇਹਨਾਂ ਦੇ ਕੰਮ ਆ ਕਿ ਚੰਗੀਆਂ ਚੀਜ਼ਾਂ ਨੂੰ ਵੀ ਨੈਗੇਟਿਵ ਬਣਾ ਬਣਾ ਕੇ ਦੱਸਣਾ ਸੋ ਆਹੀ ਸੀ ਮੇਰੀ ਵੀਡੀਓ ਸੋ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਆ ਨਮੀ ਵੀਡੀਓ ਦੇ ਨਾਲ ਜਲਦੀ ਹੋ ਬਾਕੀ ਰੋ ਮਰਜ਼ੀ ਹੁੰਦਾ ਹੋ ਜਵੇ ਵੀਰੇ ਕਮੈਂਟਾਂ ਚ ਗਾਲ ਨਹੀਂ ਕੱਢੀ